खाने जा रहे हैं कैप्टन दा ढाबा। आप भी सोच रहे होंगे यह क्या। आइए अब हम आपको बताते हैं कि यह ढाबा कहाँ स्थित है। अगर आपको यहाँ का खाना चखना है तो आपको आना होगा लुधियाना चंडीगढ़ हाईवे पर, जहाँ यह ढाबा आजकल लोगों के आकर्षण का केंद्र बना हुआ है। इस ढाबे पे पंजाब के मुख्यमंत्री कैप्टन अमरिंदर सिंह भी यहाँ आकर इस ढाबे का खाना चख चुके हैं और हर किसी कांग्रेसी की इस ढाबे को देखकर एक बार बेक जरूर लगती है और हर कोई यहाँ के खाने के टेस्ट को जरूर चखना चाहता है। ਇਹ ਲੁਧਿਆਣਾ ਚੰਡੀਗੜ੍ਹ ਹਾਈਵੇ 'ਤੇ ਸਥਿਤ ਹੈ ਜੀ। ਮੇਰੇ ਫਾਦਰ ਸਾਹਿਬ ਸਾਡੇ ਦੋਵੇਂ ਭਰਾਵਾਂ ਦੇ ਮਤਲਬ ਆਰਮੀ 'ਚੋਂ ਕੈਪਟਨ ਰਿਟਾਇਰ ਸੀਗੇ, ਉਹਨਾਂ ਦੇ ਨਾਤੇ ਅਸੀਂ ਕੈਪਟਨ ਢਾਬਾ ਰੱਖਿਆ ਅਤੇ ਕੈਪਟਨ ਢਾਬਾ ਫੇਮਸ ਹੋਣ ਕਰਕੇ ਕੈਪਟਨ ਸਾਹਿਬ ਆਏ ਇੱਥੇ ਅਤੇ ਉਹਨਾਂ ਦੇ ਕੈਪਟਨ ਸਾਹਿਬ ਦੇ ਆਉਣ ਕਰਕੇ ਚਾਰ ਚੰਨ ਲੱਗੇ ਢਾਬੇ ਦੇ ਵਿੱਚ ਅਤੇ ਇਲਾਕੇ ਦੇ ਵਿੱਚ ਸਾਡੀ ਵੀ ਇੱਕ ਅਲੱਗ ਤੋਂ ਪਛਾਣ ਹੋ ਗਈ। ਉਹਨਾਂ ਦੀ ਟੀਮ ਸੀ ਪੂਰੀ, ਉਹਨਾਂ ਦੀ ਪੂਰੀ ਟੀਮ ਸੀ, ਪਹਿਲਾਂ ਉਹ ਸਰਵੇ ਕਰਕੇ ਗਏ ਸੀ, ਫਿਰ ਉਹਨਾਂ ਨੇ ਕਿਹਾ ਵੀ ਕੈਪਟਨ ਢਾਬੇ ਦੇ ਖਾਣਾ ਖਾਵਾਂਗੇ ਅਸੀਂ ਅਤੇ ਉਸ ਕਰਕੇ ਆਏ ਸੀ। ਹਾਂਜੀ ਹਾਂਜੀ, ਢਾਬੇ ਦੇ ਖਾਣਾ ਖਾ ਗਿਆ ਅਤੇ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਸਾਡਾ ਬਿੱਲ 10,000 ਦਾ ਬਣਿਆ ਸੀ, ਜਿਹੜਾ 50,000 ਰੁਪਏ ਕਰਕੇ ਗਏ ਸਨ। ਉਹਨਾਂ ਨੇ ਖਾਧੀ ਸੀ ਦਾਲ ਮੱਖਣੀ, ਦਾਲ ਫਰਾਈ, ਸ਼ਾਹੀ ਪਨੀਰ ਅਤੇ ਸਭ ਤੋਂ ਜ਼ਿਆਦਾ ਜਿਹੜਾ ਚਾਅ ਨਾਲ ਖਾਧੇ ਸੀ ਉਹ ਸੀ ਬਦਾਮਾਂ ਵਾਲੀ ਖੀਰ। ਹਾਂ ਖੀਰ ਸਰ ਐਕਚੁਲੀ ਨਾ ਅਸੀਂ ਦੁੱਧ ਦੇ ਵਿੱਚ ਹੀ ਵਾਲ ਕੇ, ਪ੍ਰੋਪਰ ਦੁੱਧ ਦੇ ਵਿੱਚ ਹੀ ਕਾੜ ਕੇ ਬਣਾਉਂਦੇ ਹਾਂ। ਬਹੁਤ ਗਾੜੀ ਹੁੰਦੀ ਹੈ, ਤੁਸੀਂ ਖਾ ਕੇ ਦੇਖੋ, ਬੜੀ ਸ਼ਾਨਦਾਰ ਖੀਰ ਹੁੰਦੀ ਹੈ ਸਾਡੀ। ਸਰ ਬਹੁਤ ਹੀ ਵਧੀਆ ਫੀਲ ਕਰ ਰਹੇ ਹਾਂ ਅਸੀਂ, ਸੋ ਮੇਰਾ ਪੂਰਾ ਪਰਿਵਾਰ ਹੈ ਅਸੀਂ, ਸੋ ਸਰ ਇੱਥੇ ਹੀ ਖੀਰ ਬਹੁਤ ਸਵਾਦਿਸ਼ਟ ਹੈ। ਸਰ ਅਸੀਂ ਕੈਪਟਨ ਸਾਹਿਬ ਨੂੰ ਬਹੁਤ ਲਾਈਕ ਕਰਦੇ ਹਾਂ, ਉਹ ਵੋਟਿੰਗ ਵਗੈਰਾ ਉਹਨਾਂ ਨੂੰ ਕਰਦੇ ਹਾਂ ਤਾਂ ਉਹਨਾਂ ਦੇ ਨਾਮ ਉੱਤੇ ਚੱਲਦਾ ਕਰਕੇ ਅਸੀਂ ਆਏ ਸੀ ਜੀ।